मेरा नाम अर्जुन, मेरी उम्र 8 साल, मेरे स्कूल का नाम है गवर्नमेंट प्राइमरी स्कूल। बॉम्बे तो आईसी, अमेरिका तो आईसी, जापान तो आईसी, अमेरिका तो भी आईसी, बहुत ज़्यादा बधाइयाँ मिल गया। हाली पर स्टेट तो उतरी थी, सबने कॉल आना शुरू हो गए। बस एक दो जन ने नहीं फोन किया थी, तो उन्होंने भी हम फोन करता, मैंने बढ़िया बधाइयाँ मिली ना वैसे ही। तो अगे कितने जाना चाहिए मॉडल सिनेमा में? अमेरिका में मम्मा दी ज़्यादा सपोर्ट है, मेरे मम्मा, मेरे भाभी, मेरे दो छोटे भरा, एक और बड़ा भरा रहा है। तो फिर मैं सब देना चाहनी हाँ जेडे भी अपने ਬੱਚਿਆਂ ਨੂੰ ਰੋਕਦੇ ਆ ਕਿ ਤੁਸੀਂ ਆਹ ਡਾਂਸ ਨਾ ਕਰੋ, ਪੜ੍ਹਾਈ ਵੱਲ ਫੋਕਸ ਕਰੋ। ਉਹਨਾਂ ਨੂੰ ਪੜ੍ਹਾਈ ਵੱਲ ਵੀ ਫੋਕਸ ਕਰਨਾ ਚਾਹੀਦਾ ਅਤੇ ਡਾਂਸ ਵੱਲ ਵੀ ਫੋਕਸ ਕਰਨਾ। ਮੈਂ ਅੱਜ ਇੰਨੀ ਕੁ ਖੁਸ਼ ਹਾਂ ਕਿ ਮੈਂ ਦੱਸ ਨਹੀਂ ਸਕਦੀ ਕਿ ਮੇਰੇ ਅੰਦਰ ਇੰਨੀ ਖੁਸ਼ੀ ਜਾਗਦੀ ਪਈ ਕਿ ਮੈਂ ਆਪਣੇ ਬੱਚੇ ਦਾ ਹੁਨਰ ਨਹੀਂ ਮਰਨ ਦਿੱਤਾ, ਆਪਣੇ ਬੱਚੇ ਦੀ ਖੁਆਇਸ਼ਾਂ ਨਹੀਂ ਮਰਨ ਦਿੱਤੀਆਂ। ਕਿਉਂਕਿ ਛੋਟੀ ਸੀ ਨਾ ਅਤੇ ਉਹ ਜਿਸ ਕੰਮ ਨੂੰ ਕਹਿੰਦੀ ਸੀ ਨਾ ਮੈਂ ਉਸੇ ਕੰਮ ਨੂੰ ਜਾਣ ਦਿੰਦੀ ਸੀ। ਕਈ ਲੋਕਾਂ ਨੂੰ ਬੜਾ ਤਰਾਜ ਸੀਗਾ ਕਿ ਇੱਧਰ ਜਾਣਾ ਕਿ ਬੱਚੇ ਨੂੰ ਤੁਸੀਂ ਸਹੀ ਲਾਈਨ 'ਚ ਪਾਓ, ਪੜ੍ਹਾਈ ਲਿਖਾਈ 'ਚ। ਪੜ੍ਹਾਈ ਲਿਖਾਈ 'ਚ ਬਹੁਤ ਵਧੀਆ ਚੱਲਦੀ ਆ, ਗੌਰਮੈਂਟ ਸਕੂਲ ਪੜ੍ਹਦੀ ਆ, ਨਾ ਕਿ ਉਹ ਪ੍ਰਾਈਵੇਟ ਕਿਸੇ ਪੜ੍ਹਦੀ ਆ। ਗੌਰਮੈਂਟ ਸਕੂਲ ਜਾ ਕੇ ਵੀ ਉਹ ਪ੍ਰਾਈਵੇਟ ਤੋਂ ਵੀ ਜ਼ਿਆਦਾ ਤਾਂ ਵਾ। ਕੁਛ ਲੋਕਾਂ ਨੂੰ ਬੜੀ ਸ਼ਰਮਿੰਦਗੀ, ਬੜੀ ਲਾਚਾਰੀ ਹੁੰਦੀ ਕਿ ਅਸੀਂ ਇਸ ਕੰਮ 'ਚ ਸਕੂਲ ਦਾ ਨਾਮ ਨਹੀਂ ਬੋਲਣਾ ਨਾ ਕਿਉਂ ਨਹੀਂ, ਜਿਸ ਕੰਮ 'ਚ ਬੱਚਾ ਜਦੋਂ ਅਸੀਂ ਖਾਂਦੇ ਹਾਂ ਪੀਂਦੇ ਹਾਂ ਅਸੀਂ ਸ਼ਰਮਦੇ ਹਾਂ, ਇਸ ਕੰਮ ਦੇ ਵਿੱਚ ਵੀ ਸ਼ਰਮਣ ਦੀ ਕੋਈ ਲੋੜ ਨਹੀਂ ਹੈ। ਜਿਸ ਕੰਮ 'ਚ ਬੱਚੇ ਦਾ ਰੁਝੇਵਾ ਉਸ ਕੰਮ 'ਚ ਕਰਨਾ ਚਾਹੀਦਾ। ਹੁਣ ਮੇਰੀ ਬੇਟੀ ਕਰਾਊਨ ਜਿੱਤ ਕੇ ਆਈ ਆ, ਸਾਡੇ ਸਾਰੇ ਰਿਸ਼ਤੇਦਾਰਾਂ ਨੂੰ, ਸਾਡੇ ਸਾਰੇ ਸ਼ਹਿਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਕਿ ਸਾਡਾ ਬੱਚਾ ਵੀ ਕੋਈ ਗਿਆ। ਇਹ ਜਿੱਥੇ ਗਈ ਸੀ ਨਾ ਦਿੱਲੀ ਦੇ ਵਿੱਚ, ਉੱਥੇ ਅਲੱਗ ਅਲੱਗ ਸ਼ਹਿਰ ਤੋਂ, ਅਲੱਗ ਅਲੱਗ ਮੁਲਕ ਤੋਂ ਸਾਰੇ ਬੱਚੇ ਆਏ ਦੇ ਸੀ, ਜਿਹਦੇ 'ਚ ਕਿ ਉਹ ਬਟਾਲੇ 'ਚ ਨਹੀਂ, ਮੈਨੂੰ ਲੱਗਦਾ ਪੰਜਾਬ 'ਚੋਂ ਇਕੱਲਿਆ ਬੱਚਾ ਗਿਆ ਦਾ ਸੀ। ਉਸ ਚੀਜ਼ ਦੀ ਖੁਸ਼ੀ ਆ, ਬਾਕੀ ਇਸ ਚੀਜ਼ ਦੀ ਖੁਸ਼ੀ ਆ ਕਿ ਬਟਾਲੇ ਸ਼ਹਿਰ ਤੋਂ ਆ। ਬਟਾਲੇ ਸ਼ਹਿਰ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਆ, ਇੱਕ ਹੁਨਰਾਂ ਦੀ ਧਰਤੀ ਹੈ, ਇਹਦੇ 'ਚ ਬਹੁਤ ਹੁਨਰ ਵਾ। ਸ਼ਿਵ ਬਟਾਲਵੀ ਜੀ ਵੀ ਇੱਥੋਂ ਸੀਗੇ, ਉਹ ਉਸ ਧਰਤੀ 'ਤੇ ਪੈਦਾ ਹੁੰਦਾ, ਇਹਦਾ ਇਹ ਮਤਲਬ ਆ ਕਿ ਇਹਨੂੰ ਵਿਰਾਸਤ 'ਚ ਸਭ ਕੁਛ ਮਿਲਿਆ, ਨਾ ਇਹਨੂੰ ਕਿਸੇ ਕੋਲ ਪੁੱਛਣ ਦੀ ਲੋੜ ਆ, ਨਾ ਕਿਸੇ ਨੂੰ ਦੱਸਣ ਦੀ ਲੋੜ ਆ। 3 ਸਾਲ ਤੋਂ ਲੱਗ ਕੇ ਹੁਣ 8 ਸਾਲ ਦੀ ਹੋ ਗਈ ਆ, ਅਤੇ ਮਤਲਬ ਕਿ ਰੈਗੂਲਰ ਚੱਲਦੀ ਰਹੀ। ਕਈ ਥਾਵਾਂ 'ਤੇ ਨਿਰਾਸ਼ਾ ਵੀ ਮਿਲੀ ਆ, ਮੈਂ ਨਹੀਂ ਕਹਿੰਦੀ ਨਹੀਂ ਕਿ ਹਰ ਥਾਂ 'ਤੇ ਖੁਸ਼ੀ ਮਿਲਦੀ ਆ, ਅਤੇ ਪਰ ਇਹ ਵਾ ਕਿ ਅਸੀਂ ਬੱਚੇ ਦਾ ਨਾ ਹੌਸਲਾ ਨਹੀਂ ਟੁੱਟਣ ਦਿੱਤਾ। ਅੱਜ ਬੱਚਾ ਸਾਡਾ ਜਦੋਂ ਕਰਾਊਨ ਲੈ ਕੇ ਆਇਆ ਵਾ, ਇੰਨੀ ਵੱਡੀ ਸ਼ਹਿਰ ਦੇ ਵਿੱਚ, ਬਗਾਨੇ ਸ਼ਹਿਰ ਦੇ ਵਿੱਚ ਜਾ ਕੇ ਬੱਚੇ ਇਕੱਲੇ ਨੇ ਜਾ ਕੇ ਆਪਣੇ ਹੁਨਰ ਦੀ ਇੱਕ ਹੁਨਰ ਬਾਹਰ ਕੱਢਿਆ, ਲੋਕਾਂ ਨੂੰ ਮੈਸੇਜ ਵਧੀਆ ਦਿੱਤਾ। ਦੂਜੀ ਗੱਲ ਆ ਕਿ ਪ੍ਰੈਸ ਵਾਲੇ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਆ, ਕਿਉਂਕਿ ਆਪਾਂ ਘਰ ਬੈਠੇ ਵੀ ਬੱਚੇ ਨੂੰ ਮਸ਼ਹੂਰ ਨਹੀਂ ਕਰ ਸਕਦੇ, ਨਾ ਬੱਚੇ ਦਾ ਹੁਨਰ ਬਾਹਰ ਕੱਢ ਸਕਦੇ ਹਾਂ। ਸਿਰਫ ਇੱਕ ਪ੍ਰੈਸ ਦਾ ਐਸਾ ਜ਼ਰੀਆ ਵਾ ਜੋ ਘਰ ਘਰ, ਹਰ ਇੱਕ ਘਰ ਦੇ ਵਿੱਚ ਇਹ ਖੁਸ਼ੀ ਪੈਦਾ, ਮਤਲਬ ਕਿ ਜਾਣੀ ਹੁਣ ਖੁਸ਼ੀ ਪੈਦਾ ਹੋਏ। ਖੁਸ਼ ਹਰ ਕੋਈ ਹੁੰਦਾ ਵਾ, ਮੰਨ ਲਓ ਕਿ ਮੇਰੀ ਬੇਟੀ ਦੀ ਵੀਡੀਓ ਜਾਏਗੀ, ਸਾਰਿਆਂ ਨੇ ਖੁਸ਼ ਹੋਣਾ, ਹਰ ਇੱਕ ਪੇਰੈਂਟਸ ਹੋਣਾ, ਉਹਨਾਂ ਨੂੰ ਹਰ ਇੱਕ ਨੂੰ ਲੱਗਣਾ ਕਿ ਸਾਡੇ ਬੱਚੇ ਵੀ ਇਸ ਮੁਕਾਮ 'ਤੇ ਪਹੁੰਚਣ ਕਿ ਖੁਸ਼ ਹੋਣ। ਪਰ ਅੱਗੇ ਹਿੰਮਤ ਕਿਸੇ ਨੇ ਨਹੀਂ ਕਰਦਾ, ਹਿੰਮਤ ਕਰੋ, ਬੱਚੇ ਨੂੰ ਜਾਣ ਦਿਓ। ਕੋਈ ਵੀ ਕੰਮ ਛੋਟਾ ਜਾਂ ਵੱਡਾ ਜਾਂ ਕੋਈ ਹੁਨਰ ਘਟੀਆ ਵਧੀਆ ਨਹੀਂ ਹੁੰਦਾ, ਹਰ ਇੱਕ ਹੁਨਰ ਨੂੰ, ਹਰ ਇੱਕ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ। ਹੁਣ ਮੇਰੀ ਬੇਟੀ ਆ, ਛੋਟੀ ਬੇਟੀ, ਮੇਰੀ ਬੇਟੀ ਨਹੀਂ, ਤੁਹਾਡੀ ਸਾਰਿਆਂ ਦੀ ਬੇਟੀ, ਤੁਸੀਂ ਬਹੁਤ ਪਿਆਰ ਦਿੰਦੇ, ਧੰਨਵਾਦ ਹੈ। ਸੋ ਹੁਣ ਅੱਗੇ ਦੀ ਕਿੱਥੇ ਦੀ ਤਿਆਰੀ ਹੈ ਅਤੇ ਕਿੰਨੀ ਕੁ ਮਿਹਨਤ ਕਰਨੀ ਪੈਂਦੀ? ਬੱਚਾ ਛੋਟਾ ਹੈ, ਉਹਨੂੰ ਸਮਝਾਉਣਾ ਵੀ ਪੈਂਦਾ ਹੈ, ਅਤੇ ਅੱਗੇ ਕਿੱਥੇ ਦੀ ਤਿਆਰੀ ਹੋਣਾ? ਦੇਖੋ ਜਿਹੜਾ ਹੁਨਰ ਵਾ ਉਹ ਤਾਂ ਨਿਕਲ ਕੇ ਬਾਹਰ ਆਪ ਹੀ ਆ ਜਾਂਦਾ, ਮਿਹਨਤ ਮੈਂ ਨਹੀਂ ਨਹੀਂ ਕਰਦੀ, ਮੈਂ ਝੂਠ ਨਹੀਂ ਬੋਲਦੀ, ਉਹਨੇ ਖੁਦ ਹੀ ਬੜੀ ਮਿਹਨਤ ਕਰ ਲੈਂਦੀ ਹੈ। ਸਿਰਫ ਜਾਣਾਂ ਦੀ ਮੇਰੀ ਮਿਹਨਤ ਵਾ। ਹੁਣ ਇੱਕ ਸੁਸ਼ਮਿਤਾ ਮੈਮ ਆ, ਐਕਟਰਸ ਵਾ, ਉਹ ਸਾਰੇ ਜਾਣਦੇ ਆ, ਮਾਡਲਿੰਗ ਵੀ ਆ, ਐਕਟਰ ਵੀ ਆ। ਉਹਨਾਂ ਦੇ ਇੱਕ ਮੈਸੇਜ ਆਇਆ ਵਾ ਕਿ 2025 ਦੇ ਵਿੱਚ ਬੱਚੇ ਨੂੰ ਜੇ ਅਸੀਂ ਉਹਨਾਂ ਦੀ ਰਜਿਸਟ੍ਰੇਸ਼ਨ ਕਰਾਉਂਦੇ ਹਾਂ, ਉਹ ਇੰਡੀਆ ਦੇ ਸਾਰੇ ਸ਼ਹਿਰਾਂ 'ਚ ਹੋ ਕੇ ਆਏਗੀ। ਕੋਈ ਵੱਡਾ ਲਾ ਲਓ, ਕਲਕੱਤਾ ਲਾ ਲਓ, ਬੰਬੇ ਲਾ ਲਓ, ਗੋਵਾ ਲਾ ਲਓ, ਚੰਡੀਗੜ੍ਹ ਲਾ ਲਓ, ਦਿੱਲੀ, ਸਾਰੇ ਸ਼ਹਿਰਾਂ 'ਚ ਹੋ ਕੇ ਆਏਗੀ, ਛੋਟੇ ਤੋਂ ਵੱਡੇ ਤੱਕ।
ਉਸ ਤੋਂ ਬਾਅਦ ਇਹ 2026 'ਚ ਜਾਏਗੀ ਲੰਡਨ, ਦੁਬਈ ਤੇ ਮਸਕਟ।